की 17 तरीक तो बाद मोगा की नुहार बदलूगी, क्योंकि मोगा नगर निगम के जरा दूजी बार वोटा पैन जा रही ने, पहला 5 साल पहला वोटा पोगा ने नगर निगम बनाई, तो जो मोगा के विकास होए उन्हां दी तस्वीरां जिहड़ियां मूहों ही बोलदियां ने। विकास तां सानूं इउं लगदा सी जिवें मोगा दे बाईपास तों बाहर ही रह गया। शहर दीआं नालीआं दी गल करिए तां उही हाल, सड़कां दी गल करिए तां उही हाल। अज फिर जिहड़ियां वोटां पै रहीआं ने, 14 फरवरी नूं अज वोटां पैण दा दिन सी। तस्वीरां दिखा रहा तुहानूं मैं मोगा दीआं, जिथे कि इस वेले जिहड़ा हैगा लोग जिहड़े हैगे ने बड़े उत्साह दे नाल, भावें बाहर भारी धुंद हैगी आ, धुंद दे विच वी लोग जिहड़े हैगे ने वोट पाउण वास्ते इत्थे पहुंचे ने और सोच रहे ने कि इहो जे उम्मीदवार नूं चुनिया जावे जो कि मोगा दा पूरा विकास करा सके। क्योंकि मोगा शहर दी जे गल करिए तां शहर दा हाल पिछले दिनों दे विच काफ़ी लोगों ने वेख्या, और नाल दी नाल मैं इत्थे दसना चाहवांगा कि इस बार 50 वार्डां दे विच चोण हो रही है और सारिया ही राष्ट्रीय पार्टियां जिहड़ियां हैगियां वो चोण मैदान दे विच ने। कुछ लोग खड़े ने जिहड़े वोट पाउण वास्ते ने, की उम्मीदा लैके आए ने? हाँ जी, की उम्मीद नाल तुसीं वोट पा रहे हो जी? असीं अपनी खुशी वास्ते वोटां पा रहे हां जी। खुशी वास्ते? सिर्फ तुहानूं खुशी है और विकास बारे नहीं? विकास भी कराउणगे जी, जिहड़ा जिन्हां ने कहा उह जरूर कराउणगे। ਪਹਿਲਾਂ ਵੀ ਵੋਟਾਂ ਪਾਈਆਂ ਸੀ, ਵਿਕਾਸ ਹੋਇਆ ਪਹਿਲਾਂ ਕੋਈ ਆਪਣੇ ਸ਼ਹਿਰ? ਹਾਂਜੀ, ਪਹਿਲਾਂ ਨੂੰ ਕਾਫੀ ਹੋਇਆ ਜੀ, ਕਾਫੀ ਵਿਕਾਸ ਹੋਇਆ, ਕਾਫੀ ਵਿਕਾਸ ਹੋਇਆ। ਹੋਰ ਵੀ ਖੜੇ ਲੇਡੀਜ਼ ਖੜੇ ਗੱਲ ਕਰਦੇ ਇਹਨਾਂ ਦੇ ਨਾਲ। ਮੈਡਮ ਤੁਸੀਂ ਵੋਟ ਪਾਉਣ ਵਾਸਤੇ ਆਏ ਹੋ? ਨੋ। ਮੈਮ ਤੁਸੀਂ ਵੋਟ ਪਾਉਣ ਵਾਸਤੇ ਆਏ ਹੋ, ਕਿੱਦਾਂ ਦਾ ਤੁਹਾਨੂੰ ਅੱਜ ਉਤਸ਼ਾਹ ਹੈਗਾ ਵੋਟ ਪਾਉਣ ਦਾ? ਬਹੁਤ ਅੱਛਾ ਜੀ, ਵੈਰੀ ਨਾਈਸ। ਅੱਛਾ ਲੱਗ ਰਿਹਾ ਜੀ। ਕੀ ਤੋਂ ਲੱਗਦਾ ਵੀ ਹੁਣ ਜਿਹੜੇ ਉਮੀਦਵਾਰ ਆਉਣਗੇ ਵਿਕਾਸ ਹੋਏਗਾ? ਡੈਫੀਨੇਟਲੀ ਹੋਏਗਾ, ਡੈਫੀਨੇਟਲੀ ਹੋਏਗਾ, ਕਾਫੀ ਜਿਹੜਾ ਵਿਕਾਸ ਹੋਏਗਾ। ਤੁਸੀਂ ਕਹੋਗੇ ਜੀ? ਹਾਂਜੀ ਜੀ, ਵਿਕਾਸ ਜ਼ਰੂਰ ਹੋਏਗਾ। ਇਹਨਾਂ ਨੇ ਸਾਨੂੰ ਦਿਲਾਸਾ ਦਿੱਤਾ ਕਿ ਵਿਕਾਸ ਅਸੀਂ ਜ਼ਰੂਰ ਕਰਾਂਗੇ, ਤਾਂ ਕਰਕੇ ਅਸੀਂ ਅੱਜ ਵੋਟ ਪਾਉਣ ਆਏ ਹਾਂ। ਪਹਿਲਾਂ ਕਿੰਨਾ ਕੁ ਜਿਹੜਾ ਹੈਗਾ ਜੇ ਆਪਾਂ ਗੱਲ ਕਰੀਏ, ਪਹਿਲਾਂ ਵੀ ਆਪਾਂ ਵੋਟਾਂ ਪਾਈਆਂ ਸੀ, ਕਿੰਨਾ ਕੁ ਵਿਕਾਸ ਦੇ ਕੰਮ ਹੋਏ? ਹੋਇਆ ਹੈ, ਪਰ ਉਹ ਚੀਜ਼ ਨਹੀਂ ਜੋ ਸਭ ਚਾਹੁੰਦੇ ਸੀ। ਡਿਵੈਲਪਮੈਂਟ ਹੋਣੀ ਚਾਹੀਦੀ ਸੀ, ਉਹਨੀ ਨਹੀਂ ਹੋਈ। ਚਲੋ ਹੁਣ ਇਹਨਾਂ ਨੇ ਦਿਲਾਸਾ ਦਿੱਤਾ ਕਿ ਹੋਏਗੀ ਤਾਂ ਜ਼ਰੂਰ, ਤਾਂ ਹੀ ਅਸੀਂ ਵੋਟ ਪਾਉਣ ਆਏ ਹਾਂ ਕਿ ਜ਼ਰੂਰ ਕਰਾਂਗੇ ਅਸੀਂ। ਉਮੀਦ ਵੀ ਕਰ ਰਹੇ ਹੈਗੇ ਹਾਂ ਕਿ ਬਹੁਤ ਜ਼ਿਆਦਾ ਐਤਕੀ ਜਿਹੜਾ ਹੈਗਾ ਵਿਕਾਸ ਹੋਊਗਾ, ਕਿਉਂਕਿ ਉਮੀਦਵਾਰਾਂ ਵੱਲੋਂ ਜਿਹੜੇ ਹੈਗੇ ਨੇ ਕਾਫੀ ਜਿਹੜੇ ਹੈਗੇ ਨੇ ਭਰੋਸੇ ਦਿੱਤੇ ਗਏ ਸੀ ਇਸ ਵਾਰ, ਔਰ ਲਗਾਤਾਰ ਕੰਪੇਨਿੰਗ ਕੀਤੀ ਜਾ ਰਹੀ ਸੀ। ਕਿਹਾ ਜਾ ਰਿਹਾ ਸੀਗਾ ਕਿ ਜੋ ਪਿਛਲੇ 5 ਸਾਲਾਂ 'ਚ ਵਿਕਾਸ ਨਹੀਂ ਹੋਇਆ ਗਾ ਉਹ ਹੁਣ ਜਿਹੜਾ ਹੈਗਾ ਵਿਕਾਸ ਹੋਏਗਾ, ਕਿਉਂਕਿ ਉਮੀਦਵਾਰ ਜਿਹੜੇ ਹੈਗੇ ਨੇ ਉਹ ਡੋਰ ਟੂ ਡੋਰ ਇਹੀ ਪ੍ਰਚਾਰ ਕਰਨ ਵਾਸਤੇ ਗਏ ਸੀਗੇ ਕਿ ਇਸ ਵਾਰ ਅਸੀਂ ਜਿਹੜਾ ਹੈਗਾ ਮੋਗੇ ਦਾ ਕਾਫੀ ਸਾਰਾ ਵਿਕਾਸ ਕਰਵਾਵਾਂਗੇ। ਭਾਵੇਂ ਪਿਛਲੇ 4-4.5 ਸਾਲਾਂ ਦੇ ਵਿੱਚ ਜਿਹੜਾ ਹੈਗਾ ਕੋਈ ਵਿਕਾਸ ਦਾ ਇੰਨਾ ਕੰਮ ਨਹੀਂ ਹੋਇਆ, ਪਰ ਹੁਣ ਲੋਕ ਕਹਿੰਦੇ ਨੇ ਕਿ ਇਸ ਵਾਰ ਜਿਹੜਾ ਹੈਗਾ ਵਿਕਾਸ ਹੋਊਗਾ। ਹੋਰ ਵੀ ਕਾਫੀ ਲੋਕ ਖੜੇ ਨੇ ਗੱਲ ਕਰਦੇ ਉਹਨਾਂ ਨਾਲ, ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਉਮੀਦਾਂ ਲੈ ਕੇ ਜਿਹੜਾ ਵੋਟ ਪਾਉਣ ਵਾਸਤੇ ਉਹ ਆਏ ਨੇ। ਮੈਡਮ ਤੁਸੀਂ ਵੋਟ ਪਾਉਣ ਵਾਸਤੇ ਆਏ ਹੋ, ਕੀ ਉਮੀਦਾਂ ਹੈਗੀਆਂ? ਬਸ ਇਹੀ ਅੰਕਲ ਜੀ ਕਿ ਇੱਕ ਰਾਈਟ ਪਰਸਨ ਨੂੰ ਚੁਣਨਾ ਚਾਹੀਦਾ, ਸੋ ਦੈਟ ਉੱਪਰ ਸਾਡੀ ਜਿਹੜੇ ਵਾਰਡ ਦਾ ਵਿਕਾਸ ਕਰ ਸਕੇ, ਐਂਡ ਅਸੀਂ ਕਾਫੀ ਸਾਰੀਆਂ ਫੈਸਿਲਿਟੀਜ਼ ਗੇਨ ਕਰ ਸਕੀਏ। ਕਿੰਨੇ ਕੁ ਤੁਸੀਂ ਪਹਿਲਾਂ ਮਤਲਬ ਕਿ ਕੰਮ ਕਹਿ ਸਕਦੇ ਹੋ ਜਿਹੜੇ ਹੋਏ ਆ? 12 ਤਾਂ ਨਹੀਂ ਪਤਾ, ਬਟ ਜਿੰਨੇ ਵੀ ਕੈਂਡੀਡੇਟਸ ਹੈਗੇ ਨੇ ਸਭ ਨੇ ਟਰਾਈ ਕੀਤਾ ਕਿ ਆਪਣਾ ਬੈਸਟ ਦੇਣ ਤਾਂ ਕਿ ਵੱਧ ਤੋਂ ਵੱਧ ਵੋਟਰ ਅਟਰੈਕਟ ਹੋਣ। ਬਹੁਤ ਜ਼ਿਆਦਾ ਲੋਕਾਂ ਨੂੰ ਉਮੀਦਾਂ ਹੈਗੀਆਂ ਇਸ ਵਾਰ, ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਹੁਣ ਇੱਥੋਂ ਅੰਦਰ ਦੀਆਂ, ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਅੰਦਰ ਲੋਕ ਬੂਥ ਦੇ ਅੰਦਰ ਜਿਹੜਾ ਹੈਗਾ ਇਸ ਵੇਲੇ ਵੋਟਿੰਗ ਕਰ ਰਹੇ ਨੇ, ਔਰ ਉਮੀਦ ਕਰ ਰਹੇ ਨੇ ਕਿ ਆਉਣ ਵਾਲੇ ਜਿਹੜੇ ਵੀ MC ਮੋਗਾ ਦੇ ਵਿੱਚ ਜਿੱਤ ਕੇ ਆਉਣਗੇ ਉਹ ਮੋਗਾ ਦੀ ਨੁਹਾਰ ਜ਼ਰੂਰ ਬਦਲਣਗੇ। ਚੱਲਦੇ ਅੱਗੇ ਕਿਸੇ ਹੋਰ ਬੂਥ ਦੇ ਉੱਤੇ ਅਤੇ ਗੱਲ ਕਰਦੇ ਹਾਂ ਉੱਥੋਂ ਦੀ। ਮੋਗਾ ਨਗਰ ਨਿਗਮ ਦੇ ਵਿੱਚ 50 ਵਾਰਡਾਂ ਦੇ ਵਿੱਚ ਚੋਣ ਹੋ ਰਹੇ ਨੇ, ਉੱਥੇ ਜੇ ਮੈਂ ਗੱਲ ਕਰਾਂ ਸੁਰੱਖਿਆ ਦੀ, ਤਾਂ ਸੁਰੱਖਿਆ ਦੇ ਜਿਹੜੇ ਹੈਗੇ ਨੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ। ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਵੇਲੇ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਔਰ ਨਾਲ ਦੀ ਨਾਲ ਹੀ ਮੋਗਾ ਦੇ SSP ਹਰਮਨਵੀਰ ਗਿੱਲ ਜਿਹੜੇ ਹੈਗੇ ਨੇ ਖੁਦ ਜਿਹੜੇ ਹੈਗੇ ਨੇ ਇੱਕ ਇੱਕ ਵਾਰਡ ਦੇ ਉੱਤੇ ਜਿਹੜਾ ਹੈਗਾ ਚੈਕਿੰਗ ਕਰ ਰਹੇ ਨੇ, ਔਰ ਸਵੇਰ ਤੋਂ ਹੀ ਜਿਹੜਾ ਹੈਗਾ ਇਹਨਾਂ ਵੱਲੋਂ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ। ਗੱਲ ਕਰਦੇ ਹਾਂ ਪਹਿਲਾਂ DC ਸਾਹਿਬ ਨਾਲ। ਸਰ, ਕਿੱਦਾਂ ਦਾ ਮਾਹੌਲ ਹੈ ਜੀ ਮੋਗਾ ਦਾ? ਮਾਹੌਲ ਬੜਾ ਚੰਗਾ ਹੈ, ਬਹੁਤ ਸ਼ਾਂਤਮਈ, ਔਰ ਲੋਕ ਬੜੇ ਹੁੰਮਾ ਕੇ ਆ ਰਹੇ ਨੇ ਆਪਣਾ ਵੋਟਿੰਗ 'ਚ ਹਿੱਸਾ ਪਾਉਣ ਵਾਸਤੇ ਆਪਣਾ, ਅਤੇ ਪੁਲਿਸ ਦੀ ਡਿਪਲੋਇਮੈਂਟ ਬਹੁਤ ਅੱਛੀ ਹੈਗੀ। ਸੋ ਮੈਂ ਔਰ SSP ਸਾਹਿਬ ਅਸੀਂ ਇਸ ਸਾਰੇ ਸ਼ਹਿਰ ਦਾ ਚੱਕਰ ਲਗਾਇਆ ਹੈਗਾ ਅਤੇ ਕਿਤੇ ਵੀ ਕੋਈ ਇਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਹੈ ਕਿ ਜਿਹਦੇ ਨਾਲ ਲੋਕਾਂ ਨੂੰ ਕੋਈ ਡਰ ਜਾਂ ਕੋਈ ਖੌਫ ਦੀ ਕੋਈ ਇੱਦਾਂ ਦੀ ਫੀਲਿੰਗ ਹੋਏ। ਲੋਕ ਬਹੁਤ ਆਪਣੇ ਬੜੇ ਹੀ ਸਿਕਿਓਰ ਮਹਿਸੂਸ ਕਰਦੇ ਹੋਏ ਅਤੇ ਵੋਟਿੰਗ ਕਰਨ ਵਾਸਤੇ ਆ ਰਹੇ ਨੇ, ਅਤੇ ਸਾਨੂੰ ਉਮੀਦ ਹੈ ਕਿ ਸ਼ਾਮ ਤਾਈਂ ਵੋਟਿੰਗ ਦੀ ਸਾਰੀ ਪ੍ਰਕਿਰਿਆ ਬਹੁਤ ਵਧੀਆ ਢੰਗ ਨਾਲ, ਵੋਟਿੰਗ ਦੀ ਪ੍ਰਕਿਰਿਆ ਬੜੀ ਵਧੀਆ ਢੰਗ ਨਾਲ ਚਲੀ ਜਾਏਗੀ। ਸਰ, ਤੁਹਾਡੇ ਵੱਲੋਂ ਕਈ ਦਿਨਾਂ ਤੋਂ ਜਿਹੜੀ ਸੁਰੱਖਿਆ ਇੱਥੇ ਮੁਹੱਈਆ ਕਰਵਾਈ ਜਾ ਰਹੀ ਸੀਗੀ, ਲੋਕਾਂ ਨੂੰ ਵੀ ਬੜਾ ਸੁਚੇਤ ਕੀਤਾ ਜਾ ਰਿਹਾ ਸੀ, ਲੋਕਾਂ 'ਚ ਉਤਸ਼ਾਹ ਪੈਦਾ ਹੋ ਰਿਹਾ ਸੀਗਾ,
कई वोट लोग पहुँच जाने, पर अज देखने मिल रहा कि लोगों जो उदू भी ज़्यादा उत्साह ज़्यादा हो गया, लोगों को लग रहा कि सेफ्टी बहुत ज़्यादा। देखो जी पब्लिक है ना वो एक सिक्योर माहौल चाहती है, कोई भी नहीं चाहता भी किसी तरह की भी कोई टेंशन का माहौल बने। हर बंदे ने आपका कैंडीडेट चुनना होंदा, हर बंदे दे आप दी एक परसनल सीक्रेट होंदी है कि उन्हें एक सीक्रेट बैलेट का वोट पानी है, किनू पानी है, किनू चुनना। तो पुलिस का जिहड़ा हैगा बेसिक ड्यूटी है साडी इह कि असीं एक साजगर माहौल सिरज के दईए जिहदे च आम ते खास कोई भी बंदा हैगा वो बड़े आराम ना आके आपका इंडिपेंडेंटली वोटिंग कर सके। सो वोटिंग पैटर्न भी ठीक चल रहा, समूथ चल रहा, लोग काफ़ी गिणती च बाहर भी आ रहे वोटां पा के। मैं तो डीसी साहब ने काफ़ी बूथां दे आप परसनली विजिट भी किया, हुण असीं निहाल सिंह वाले बदनी भी जा रहे हैं। सो पहला इत्थे सारा गेड़ा ला के फिर उधर भी जावांगे, उत्थे भी जिहड़ा माहौल उन्हां भी जिहड़ियां म्युनिसिपल कमेटीज़ आ उत्थे भी सिचुएशन माहौल बिल्कुल ठीक आ, लोगों का लोग बड़े हुम हम आ के वोटिंग वास्ते आ रहे हैं, जिहड़ा कि एक बड़ा पॉजिटिव साइन आ फॉर द डेमोक्रेसी। बहुत ही पॉजिटिव साइन जरा इस वेले मिल रहा है और लोग जोड़े है हुम हुमा के जरा वोटा पाने वास्ते निकल रहे हैं और लोगों को यह भी लग रहा है कि जी भी हम नवी नगर निगम बन के आएगी जरा लोगों विकास जरा है बहुत ही मिलेगा, क्योंकि पिछले लंबे समय जरा मोगे च विकास नहीं हुआ सी, पर जो हूँ की गल करा तो हूँ इस वे जो बहुत ज़्यादा विकास मिलेगा। चलेंगे अगे तो होर ही वार्डा दिखावे। मैं हाँ मोगा तो कैमरामैन दिलीप के नाल विपन ओकाड़ा, फैक्ट न्यूज़ मोगा। मोगा के डीसी ते एसएसपी वालों जिहड़ा है सारे ही बूथां दे उत्ते जिहड़ी चैकिंग की जा रही है, और जे मैं गल करा वोटिंग की तो वोटिंग प्रक्रिया जिहड़ी बहुत ही अमन ते मान नाल चल रही। तस्वीरां तुहानूं मैं दिखा रहा अलग अलग बूथां दीआं, मोगा जिले दे विच जिहड़े हैगे ने करीब जिहड़े हैगे 50 वार्डां दे विच जिहड़े चुनाव हो रहे ने, उहनां दे विच जिहड़े बाहर रौणकां इस वेले लगियां हैगियां, इह किसे मेले तो घट नहीं है। जिवें उत्थे ही गल करा हुणे जिहड़ा इत्थों इस वार्ड दे विचों जथेदार तोता सिंह जी वालों भी जी है अपनी वोट पाई गई है, उत्थे जरा SSP ते DC साहब ने जरा फैक्ट न्यूज़ के नाल गल की, तो उन्होंने दसिया कि जरा अमन अमान के नाल सारी वोटिंग प्रक्रिया जी है वो चल रही हैगी है, और इस वेले जे SSP साहब है वो मोगा जिले के जेडे अलग 3 जी नगर कौंसलों के चुनाव है जिन्होंने कोटी शेखा बदनी तो निहाल सिंह वाला, उन्होंने दसिया कि उत्थे भी जी है लगातार चैकिंग जी है चल रही हैगी है, और नाल दी नाल ही लोगों नू अमन अमान दे नाल वोट पाउण दी जी है अपील भी की जा रही हैगी है। और DC संदीप हंस का यह कहना सीगा फैक्ट न्यूज़ के उत्ते नाल उन्हें गलबात करदिया दसिया कि मोगा के जिहड़े सारे प्रबंध जिहड़े हैगे ने काफ़ी दिनों तो शुरू कर दिए गए थे, और नाल दी नाल लोगों नू उन्होंने अपील भी की है कि अपनी वोट का जिहड़ा है सही इस्तेमाल करो। फैक्ट न्यूज़ भी जिहड़ा आम जनता नू अपील करता है कि अज तुहाडे कोल मौका है, तुसीं अपने मौके का पूरा इस्तेमाल करो, तो आने वाले दिनों के जिहड़ी मोगा नगर निगम है वो इहो जी चुनो ताकि मोगा का विकास हो सके। सहयोगी दलीप के नाल विपन ओकाड़ा, फैक्ट न्यूज़ मोगा। हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।